ਇਹ ਸਾਡੇ ਦਾਦਾ ਜੀ ਨੇ 1975 ਦੇ ਵਿੱਚ ਇਸ ਬੋਰ ਨੂੰ ਕਰਵਾਇਆ ਸੀ। ਔਰ ਕਰਦਿਆ ਕਰਦਿਆ ਇਹਨੂੰ 4-5 ਮਹੀਨੇ ਕਹਿੰਦੇ ਲੱਗ ਗਏ ਹਨ ਤੇ ਜਿਹੜੇ ਪੈਪਾ ਦੇ ਨਾਲ ਕੀਤਾ ਸੀ ਉਸੇ ਪੈਪਾ ਦੇ ਵਿੱਚੋਂ ਪਾਣੀ ਆ ਗਿਆ ਸੀ। ਇਹਨੂੰ ਪੈਪਾ ਨੂੰ ਦੂਰ ਰਹਿਣ ਪੁੱਟਣ ਦੀ ਲੋੜ ਨਹੀਂ ਪਈ, ਜਿਸ ਤਰ੍ਹਾਂ ਲੋਰਿੰਗ ਸੈੱਟ ਵਿੱਚ ਪਾਉਣਾ ਪੈਂਦਾ ਕੋਈ ਲੋੜ ਨਹੀਂ ਪਈ, ਉਹਦੇ ਵਿੱਚੋਂ ਪਾਣੀ ਆ ਗਿਆ। देखो साडा कुदरती जिहड़ा पानी जिहड़ा वा साडा जिहड़ा वा नसीब होया वा उस परमात्मा की कृपा करके ते अहीं ते नज़ारे लैण डए आ पानी जिहड़ा खुला फिरन डिया फसलां नूं। ਕੁਦਰਤ ਦਾ ਅਜਿਹਾ ਕ੍ਰਿਸ਼ਮਾ ਹੋਇਆ ਕਿ ਗੁਰਦਾਸਪੁਰ ਦੇ ਇੱਕ ਪਿੰਡ ਕੱਤੋਵਾਲ ਵਿੱਚ ਬਿਨਾਂ ਲਾਈਟ ਅਤੇ ਬਿਨਾਂ ਕਿਸੇ ਜਨਰੇਟਰ ਤੋਂ ਕੁਦਰਤੀ ਪਾਣੀ ਧਰਤੀ ਹੇਠੋਂ ਨਿਕਲਿਆ ਹੈ। ਕਿਸ ਕਿਸਾਨ ਦੀ ਧਰਤੀ ਹੇਠੋਂ ਇਹ ਜ਼ਮੀਨ ਦੇ ਵਿੱਚੋਂ ਪਾਣੀ ਨਿਕਲਿਆ, ਜਿਸ ਦਾ ਨਾਂ ਗੁਰਦੀਪ ਸਿੰਘ ਹੈ, 15 ਏਕੜ ਜ਼ਮੀਨ ਉੱਤੇ ਖੇਤੀ ਕਰਦਾ ਹੈ। ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ 1975 ਦੇ ਵਿੱਚ ਇਹ ਬੋਰ ਮੇਰੇ ਦਾਦਾ ਜੀ ਵੱਲੋਂ ਕਰਵਾਇਆ ਗਿਆ ਸੀ। ਬੋਰ 250 ਫੁੱਟ ਡੂੰਘਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੋਈ ਕਿ ਬੋਰ ਅਤੇ ਮੋਟਰ ਲਗਾਉਣ ਦੀ ਜ਼ਰੂਰਤ ਨਹੀਂ ਪਈ, ਪ੍ਰੈਸ਼ਰ ਨਾਲ ਧਰਤੀ ਹੇਠਲਾ ਪਾਣੀ ਆਪਣੇ ਆਪ ਆਉਣਾ ਸ਼ੁਰੂ ਹੋ ਗਿਆ। 47 ਸਾਲਾਂ ਤੋਂ ਇਸ ਬੋਰ ਰਾਹੀਂ ਮੈਂ ਆਪਣੀ ਖੇਤੀ ਕਰ ਰਿਹਾ ਹਾਂ ਅਤੇ ਸ਼ੁੱਧ ਪਾਣੀ ਮੈਂ ਆਪਣੀ ਖੇਤੀ ਵਿੱਚ ਲਗਾ ਰਿਹਾ ਹਾਂ। ਆਓ ਕਰਦੇ ਹਾਂ ਗੱਲਬਾਤ ਕਿਸਾਨ ਗੁਰਦੀਪ ਸਿੰਘ ਦੇ ਨਾਲ ਅਤੇ ਜਾਣਦੇ ਹਾਂ ਹੋਰ ਵੀ ਇਸ ਬੋਰਵੈਲ ਦੀ ਸੱਚਾਈ। ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ। ਆਪਣਾ ਗੁਰਦੀਪ ਸਿੰਘ, ਪਿੰਡ ਕੱਤੋਵਾਲ। ਗੁਰਦੀਪ ਸਿੰਘ ਜੀ, ਦੱਸ ਦਿਓ ਜੀ, ਜਿਹੜੀ ਮੋਟਰ ਵਾ ਇਹ ਕਦੋਂ ਤੁਸੀਂ ਲਵਾਈ ਸੀ ਅਤੇ ਕਿੱਦਾਂ ਪਾਣੀ ਆਪਾਂ ਨਿਕਲਦਾ ਇੱਥੋਂ? ਇਹ ਸਾਡੇ ਦਾਦਾ ਜੀ ਨੇ 1975 ਦੇ ਵਿੱਚ ਇਸ ਬੋਰ ਨੂੰ ਕਰਵਾਇਆ ਸੀ ਔਰ ਕਰਦਿਆ ਕਰਦਿਆ ਇਹਨੂੰ 4-5 ਮਹੀਨੇ ਕਹਿੰਦੇ ਲੱਗ ਗਏ ਹਨ ਅਤੇ ਜਿਹੜੇ ਪੈਪਾ ਦੇ ਨਾਲ ਕੀਤਾ ਸੀ ਉਸੇ ਪੈਪਾ ਦੇ ਵਿੱਚੋਂ ਪਾਣੀ ਆ ਗਿਆ ਸੀ। ਇਹਨੂੰ ਪੈਪਾ ਨੂੰ ਦੂਰ ਰਹਿਣ ਪੁੱਟਣ ਦੀ ਲੋੜ ਨਹੀਂ ਪਈ, ਜਿਸ ਤਰ੍ਹਾਂ ਲੋਰਿੰਗ ਸੈੱਟ ਵਿੱਚ ਪਾਉਣਾ ਪੈਂਦਾ ਕੋਈ ਲੋੜ ਨਹੀਂ ਪਈ, ਉਹਦੇ ਵਿੱਚੋਂ ਪਾਣੀ ਆ ਗਿਆ ਸੀ। ਕੀ ਮੰਨਦੇ ਹੋ ਵੀ ਅਜੇ ਵੀ ਕਈ ਇੱਥੇ ਲੋਕ ਹੈਗੇ ਨੇ ਜਿਨ੍ਹਾਂ ਨੇ ਜਨਰੇਟਰ ਲਵਾਏ ਨੇ ਜਾਂ ਬੱਤੀ ਨਾਲ ਚਲਾ ਰਹੇ ਨੇ ਮੋਟਰ, ਅਤੇ ਤੁਸੀਂ ਇੱਦਾਂ ਕਿਉਂ ਚਲਾ ਰਹੇ ਫਿਰ? ਇਹ ਦੇਖੋ ਸਾਡਾ ਕੁਦਰਤੀ ਜਿਹੜਾ ਪਾਣੀ ਜਿਹੜਾ ਵਾ ਸਾਡਾ ਜਿਹੜਾ ਵਾ ਨਸੀਬ ਹੋਇਆ ਵਾ ਉਸ ਪਰਮਾਤਮਾ ਦੀ ਕਿਰਪਾ ਕਰਕੇ ਅਤੇ ਅਸੀਂ ਤਾਂ ਨਜ਼ਾਰੇ ਲੈਣ ਡਏ ਹਾਂ ਪਾਣੀ ਜਿਹੜਾ ਖੁੱਲ੍ਹਾ ਫਿਰਨ ਡਿਆ ਫਸਲਾਂ ਨੂੰ ਅਤੇ ਡੀਜ਼ਲ ਫੂਕ ਕੇ ਲੋਕ ਜਿਹੜੇ ਆ ਉਹ ਪਾਣੀ ਡਏ ਲਾਉਣ, ਬੱਤੀ ਦੇ ਨਾਲ ਪਾਣੀ ਡਏ ਲਾਉਣ, ਸਭ ਕਿੰਨਾ ਡੀਜ਼ਲ 100 ਰੁਪਈਏ ਦੇ ਲਾਗੇ ਚਾਗੇ ਤਾਂ ਚਲੇ ਚੱਲਿਆ ਅਤੇ ਬੜਾ ਨਜ਼ਾਰੇ ਬੱਜੇ ਨੇ। ਸਾਰਾ ਸਾਲ ਪਾਣੀ ਆਉਂਦਾ? ਸਾਰਾ ਸਾਲ ਹੀ ਪਾਣੀ ਆਉਂਦਾ। ਇਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਜਿਹੜੇ 40-50 ਫੁੱਟ ਦੇ ਜਿਹੜਾ ਆਉਂਦਾ ਪਾਣੀ, ਉਹ ਪਾਣੀ ਵਿੱਚ ਤਾਂ ਪਾਣੀ 'ਚ ਕਿੰਨਾ ਕੁ ਫਰਕ ਹੈਗਾ? ਉਹ ਪਾਣੀ ਜਿਹੜਾ ਵਾ ਪਾਣੀ ਉਹਦੇ ਨਾਲ ਇੰਜਣਾਂ ਨਾਲ ਜਾਂ ਮੋਟਰਾਂ ਦੇ ਨਾਲ ਆਉਂਦਾ ਵਾ ਉਹ ਪ੍ਰਦੂਸ ਹੋ ਚੁੱਕਿਆ ਪਾਣੀ ਜਿਹੜਾ ਵਾ ਆਪਣੇ ਖਾਦਾ ਦਵਾਈਆਂ ਦੀ ਹੀ ਵਰਤੋਂ ਕਰਦੇ ਹਾਂ, ਉਸੇ ਮੰਡ ਦੇ ਵਿੱਚ ਹੀ ਸਭ ਕੁਝ ਜਾਣ ਡਿਆ ਵਾ, ਉਹ ਪਾਣੀ ਜਿਹੜਾ ਵਾ ਗੰਦਲਾ ਹੋ ਚੁੱਕਿਆ ਵਾ। ਇਹ ਪਾਣੀ ਜਿਹੜਾ ਬਿਲਕੁਲ ਸਾਫ਼ ਆ, ਪੀਣ ਦੇ ਯੋਗ ਆ, ਵਧੀਆ ਪਾਣੀ ਹੈ। ਤੁਸੀਂ ਚੈੱਕ ਕਰਵਾਇਆ ਜਿਹੜੇ ਲੋਕ ਪੀਂਦੇ ਪਾਣੀ? ਹਾਂਜੀ ਬਿਲਕੁਲ, ਇਹ ਪਾਣੀ ਦਾ ਜਿਹੜਾ TDS ਜਿਹੜਾ ਵਾ ਉਹ ਸਾਰਾ 60-70 ਦੇ ਗੇੜ 'ਚ ਆ ਰਿਹਾ ਵਾ ਅਤੇ ਜਿਹੜਾ ਦੂਸਰਾ ਵਾਟਰ ਸਪਲਾਈ ਦਾ ਵਾ ਉਹ ਕਿਤੋਂ ਲੀਕੇਜ ਹੋਣ ਡਈ ਹੈ, ਕਿਤੋਂ ਕੁਝ ਹੋਣ ਡਈ ਆ, ਪਾਣੀ ਜਿਹੜਾ ਵਾ ਪਾਣੀ ਸਹੀ ਨਹੀਂ ਪਹੁੰਚ ਰਿਹਾ ਘਰਾਂ ਤੱਕ। ਫਿਰ ਲੋਕ ਇੱਥੋਂ ਆਣ ਕੇ ਪਾਣੀ ਭਰ ਕੇ ਖੜਦੇ ਨੇ ਘਰ ਪੀਣ ਵਾਸਤੇ ਜਿਹੜਾ ਸਾਫ਼ ਪਾਣੀ ਆ। ਹਾਂਜੀ, ਜੇ ਗੱਲ ਕੀਤੀ ਜਾਵੇ ਵੀ ਪਾਣੀ ਲਗਾਤਾਰ ਦੂਸ਼ਿਤ ਹੁੰਦਾ ਜਾ ਰਿਹਾ, ਕੀ ਅਪੀਲ ਕਰਨਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੀ ਪਾਣੀ ਦੀ ਦੁਰਵਰਤੋਂ ਕਰਦੇ, ਪਾਣੀ ਦੀ ਸੰਭਾਲ ਨਹੀਂ ਕਰਦੇ? ਪਾਣੀ ਦੇ ਸਾਨੂੰ ਖਾਦਾ ਦਵਾਈ ਥੋੜ੍ਹੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਬਾਕੀ ਹੋਰ ਜਿਹੜਾ ਪਾਣੀ ਦੇ ਜਿਹੜੇ ਸਰੋਤ ਆ ਉਹਨਾਂ ਦੇ ਲਾਗੋ ਜਿਹੜਾ ਵਾ ਕੂੜਾ ਕਰਕਟ ਜਿਹੜਾ ਵਾ ਉਹਨੂੰ ਆਪਣੇ ਨਿੰਘਾ ਸੁੱਟਣਾ ਚਾਹੀਦਾ, ਜਿਹਦੇ ਨਾਲ ਜਿਹੜਾ ਪਾਣੀ ਜਿਹੜਾ ਸਾਫ਼ ਰਹੇ। ਕੀ ਮੰਨਦੇ ਕੀ ਉਹ ਵੀ ਕਿਉਂ ਪਾਣੀ ਜਿਹੜਾ ਡਾਊਨ ਹੁੰਦਾ ਜਾ ਰਿਹਾ ਪੰਜਾਬ ਦਾ?
पंजाब का वाटर लैवल जो जिन्ना क पानी जोड़ा वा अपने साढ़े अं दए धरती के क्ढन डे उन्ना रीचार्ज नहीं हो रहा। कि झोने की वारी सूँ किन्ने पानी की लड़ पी किले किले दो दो किले तो बोर ने सारे चल पेंदे ने तो वो पानी उन्ना रीचार्ज भी तो होना चाहिए वा वो करके सूँ बदलवी फसल वास्ते सूँ जोड़ा वा सरकार थोड़ा उत्साहित करना चाहिए वा कोई मदद करनी चाहिए जिमीदार की जिद करके झोना छड़ के दूसरिया फसलों वाल हो जिमीदार के आमदन उन्होंने कोई फर्क ना पे सिर्फ आमदन करके झोने की फसल ही ज़्यादा लाने जे साड़ी आमदन दूसरिया फसलों झोनी हो जाए तो सूँ झोने की की लड़ है। ये तो सरकार ने सोचना चाहिए भी जिमीदार की जी आमदन है वह भी लैवल वह सही रहे तो फसल जी चेंज हो सरकार पॉलिसिया जी सही होनी चाहिए। अपने इलाके की मानते हो अपने इलाके पानी क्यों घटता यार दस भी जो पहले बोर कराए तो पत्थर भी बहर आते थे लेकिन हूँ एकदम लैवल जो डाउन होता जा रहा की कारण मानते ये साढ़े इतों जोड़ा वा तीन चार किलोमीटर आ दरिया ब्यास दरिया पैंता वा चक्की दरिया पैंता वा इतने क्रैसर इन्ने क लग चुके वो जोड़े डंगाई के इन्नी क पटाई हो चुकी आ 40-40 फुट डूंगी हो चुकी है जी चक्की दरिया आते करके जो जिन्ना भी साडा कनैक्शन जो पानी का उस मंड कनैक्ट ही वो करके वो जो वाटर लैवल डाउन होने करके साडा ये भी पानी जो डाउन हो गया। बढ़िया ओके।